ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ 7 ਅਗਸਤ ਨੂੰ ਹੋ ਸਕਦਾ 6 ਅਗਸਤ ਨੂੰ ਕਾਂਗਰਸ ਨੇ ਇਕੱਠ ਕੀਤਾ ਜਿਹਨੂੰ ਮੀਡੀਆ ਚੈਨਲਾਂ ਨੇ ਰੈਲੀ ਲਿਖਿਆ ਤੇ ਉਹਦੇ ਵਿੱਚ ਸਾਰੇ ਆਪ ਦਾ ਆਪ ਦਾ ਭਾਸ਼ਣ ਦੇ ਰਹੇ ਆ ਜਿਹਦੇ ਵਿੱਚ ਭਾਸ਼ਣ ਮਹਾਰਾਜੇ ਵੜਿੰਗ ਦਾ ਸੁਣਿਆ ਤੇ ਰਾਜੇ ਵੜਿੰਗ ਦਾ ਜਿਹੜਾ ਗੱਲਾਂ ਬਾਤਾਂ ਸੁਣੀਆਂ ਮੈਂ ਉਹਦੇ ਵਿੱਚ ਉਹਦੇ ਕੁਝ ਗੱਲਾਂ ਦੀ ਛਲਾਂਗਾ ਕਰਦਾ ਜੀਰਾ ਦੇ ਚੋਣੇ ਕਾ ਵੀ ਕੱਲ ਨੂੰ ਜੇਕਰ ਕਾਂਗਰਸ ਆਉਂਦੀ ਆ ਤਾਂ ਤੁਸੀਂ ਸੋਚੋ ਜਿਹੜਾ ਅਸਲ ਤਾਂ ਹੋਇਆ ਲੋਕਾਂ ਦੇ ਫਾਇਦੇ ਦਾ ਹੋਇਆ ਤੇ ਉਹ ਜਿਹੜਾ ਰੇਤਾ ਉਹ ਸਰਕਾਰੀ ਪ੍ਰਾਪਰਟੀ ਕਰੂਗਾ ਉਹਦੇ ਬਾਅਦ ਕਈ ਬਾਜਵੇ ਅਰਗੇ ਬੋਲੇ ਆ ਮੈਂ ਉਹਦੇ ਮੂੰਹੋਂ ਇਹ ਨਹੀਂ ਸੁਣਿਆ ਕਿ ਹਾਂ ਭਾਈ ਜੇ ਸਾਡੀ ਸਰਕਾਰ ਆਉਂਦੀ ਆ ਅਸੀਂ ਸਰਕਾਰੀ ਕਰ ਦਾਂਗੇ ਫਿਰ ਜੇ ਮੈਂ ਗੱਲ ਕਰਾਂ ਜਿੰਨੇ ਬੋਲੇ ਆ ਸਾਰੇ ਬੋਲਣ ਵਾਲਿਆਂ ਨੇ ਆਪ ਦਾ ਆਪ ਦਾ ਜ਼ੋਰ ਲਾਇਆ ਤੇ ਜਿਹੜੇ ਮੈਕਦਿਆਂ ਤਾਰਾਂ ਉਹ ਬੋਲ-ਬੋਲ ਕੇ ਪੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹਦੇ ਵਿੱਚ ਲੋਕਾਂ ਦਾ ਫਾਇਦਾ ਕਿਤੇ ਵੀ ਨਹੀਂ ਆਇਆ ਕਿਸੇ ਨੇ ਇੱਕ ਨੇ ਵੀ ਉੱਠ ਕੇ ਨਹੀਂ ਕਿਹਾ ਵੀ ਹਾਂ ਅਸੀਂ ਜਿਹੜਾ ਰੇਤੇ ਦੀਆਂ ਖੱਡਾਂ ਉਹ ਸਰਕਾਰੀ ਕਰਾਂਗੇ ਤੇ ਜੇਕਰ ਤੁਸੀਂ ਕਹਿ ਵੀ ਦਿੰਦੇ ਪਰ ਫਿਰ ਵੀ ਲੋਕਾਂ ਨੇ ਯਕੀਨ ਨਹੀਂ ਕਰਨਾ ਸੀ ਕਿਉਂਕਿ ਤੁਸੀਂ ਆਪ ਦਾ ਜਿਹੜਾ ਯਕੀਨ ਉਹ ਮਾਰ ਦਿੱਤਾ ਚਾਹੇ ਉਹ ਬਾਜਵਾ ਬੈਠਾ ਹੋਵੇ ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਬੈਠਾ ਹੋਵੇ ਚਾਹੇ ਉਹ ਰਾਜਾ ਵਢਿੰਗ ਬੈਠਾ ਹੋਵੇ ਜਾਂ ਹੋਰ ਕਈ ਪੰਜਾਬ ਦੇ ਉੱਥੇ ਬੋਲੀ ਜਾਂਦੇ ਸੀ ਕਾਂਗਰਸੀ ਲੀਡਰ ਮੈਂ ਸਾਰਿਆਂ ਨੂੰ ਕਹਿ ਰਿਹਾ ਪਹਿਲਾਂ ਤਾਂ ਜੇ ਮੈਂ ਗੱਲ ਕਰ ਆਪਣੇ ਜਿਹੜਾ ਪ੍ਰਤਾਪ ਬਾਜਵਾ ਉਹਨੇ ਬਿਆਨੇ ਦਿੱਤਾ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਭਗਵਾਨ ਤਮਾਨ ਇਹ ਕਲੈਣਾ ਸਾਬਤ ਹੋਇਆ ਜਿੱਦੇ ਦਾ ਬਣਿਆ ਹਰ ਮੈਂ ਜੇ ਗੱਲ ਇਹ ਵੀ ਕਰਾਂ ਕਿ ਵਾਕਈ ਜੇਕਰ ਤੁਸੀਂ ਇਹਨੂੰ ਕਲਹਿਣਾ ਕਹਿੰਨੇ ਆ ਤਾਂ ਬਾਜਬਾ ਸਾਹਿਬ ਤੁਸੀਂ ਇਹ ਚੀਜ਼ਾਂ ਭੁੱਲੋ ਨਾ ਇਹ ਕਲਹਿਣੇ ਤਿਆਰ ਕਰਨ ਵਾਲੇ ਤੁਸੀਂ ਆ ਜੇ ਕਰੇ ਕਲਹਿਣਾ ਤਾਂ ਤੁਸੀਂ ਕਲਹਿਣੇ ਦੀਆਂ ਖਾਨਾ ਤੁਸੀਂ ਜਿਵੇਂ ਰੇਤੇ ਦੀਆਂ ਖੱਡਾਂ ਹੁੰਦੀਆਂ ਤੁਸੀਂ ਹੋਵੇਂ ਕਲਹਿਣੇ ਦੀਆਂ ਖੱਡਾਂ ਤੁਹਾਡੇ ਵਿੱਚੋਂ ਕਲਹਿਣੇ ਨਿਕਲੇ ਆ ਕਈ ਮੇਰੇ ਅੱਗੇ ਕਲਹਿਣੇ ਬੋਲਣ ਲੱਗੇ ਆ ਕਈ ਤੁਹਾਡੇ ਅਰਗੇ ਕਲੇਣੀਆਂ ਸੀਆਂ ਜਿਹੜੀਆਂ ਖੱਡਾਂ ਦੇ ਵਿੱਚੋਂ ਤਿਆਰ ਹੋਏ ਆ ਤੁਸੀਂ ਲੋਕਾਂ ਨੂੰ ਐਨਾਕ ਤੰਗ ਕਰ ਦਿੱਤਾ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਕਿ ਲੋਕਾਂ ਨੂੰ ਦਿਨੇ ਵੀ ਅੱਖਾਂ ਮੂਰੇ ਨੇਹਰੇ ਆਉਂਦਾ ਨੇਹਰਾ ਆਉਂਦਾ ਸੀ ਤੇ ਦਿਨ ਦੇ ਵਿੱਚ ਤਾਰੇ ਤੁਸੀਂ ਵਿਖਾਏ ਆ ਤੁਸੀਂ ਕਲੇਣੇ ਦੱਸੋਗੇ ਕਿਸੇ ਨੂੰ ਹੁਣ ਜਿਹੜੀ ਮੈਂ ਗੱਲ ਕਰ ਲੱਗਿਆ ਪ੍ਰਤਾਪ ਬਾਜਵੇਂ ਦੀ ਤੇ ਰਾਜੇ ਵੜੰਗ ਦੀ ਹੋਰ ਉੱਥੇ ਕਈ ਬੋਲੇ ਆ ਮੈਂ ਤੁਹਾਨੂੰ ਇਹ ਕਹਿਣਾ ਪ੍ਰਤਾਪ ਬਾਜਵਾ ਪਹਿਲਾਂ ਤੂੰ ਜਾ ਕੇ ਆਪਦਾ ਬਿਆਨ ਚੈੱਕ ਕਰ ਲੈ ਬਿਆਨ ਤੇਰਾ ਕੀ ਸੀ মিডিਆ ਚੈਨਲ ਅੱਗੇ ਦਿੱਤਾ ਸੀ ਕਿ ਜਦੋਂ ਕਿਸੇ ਪੱਤਰਕਾਰਨੀ ਨੇ ਤੁਹਾਡੇ ਕੋਲ ਪੁੱਛਿਆ ਸੀ ਇੱਕ ਰਿਪੋਰਟਰ ਕੁੜੀ ਨੇ ਕਿ ਕਾਂਗਰਸ ਝੋਕੀ ਰਿਹਾ ਤੁਸੀਂ ਜਵਾਬ ਇਹ ਦਿੱਤਾ ਸੀ ਜਦੋਂ ਬੰਦੇ ਕੋਲ ਪੜ ਡਿਗਰੀ ਘੋੜੇ ਹੋਣ ਤੋ ਇੱਕ ਖੋਤੇ ਤੇ ਜਾਂ ਮਤਲਬ ਗਦੇ ਤੇ ਇੱਕ ਜਾਂ ਦੇਸੀ ਟੱਟੂ ਚੀਤੇ ਇੱਕੋ ਆ ਗਈ ਮੈਂ ਤੁਹਾਨੂੰ ਦੱਸ ਰਿਹਾ ਫਿਰ ਜਦੋਂ ਬੰਦਾ ਪੂਰੀ ਸ਼ਰਤਾਂਵ ਦੀ ਦੇਸੀ ਟੱਟੂ ਤੇ ਲਾਊਗਾ ਤੇ ਉਹਦਾ ਹਾਲ ਇਹੀ ਹੋਊਗਾ ਜਿਹੜਾ ਕਾਂਗਰਸ ਦਾ ਆਇਆ ਦੇਸੀ ਟੱਟੂ ਕਿਹਾ ਕਿ ਨੂੰ ਸੀ ਤੂੰ ਕਿਹਾ ਸੀ ਭਾਈ ਸਾਹਿਬ ਚਰਨਜੀਤ ਚੰਨੀ ਨੂੰ ਚਰਨਜੀਤ ਚੰਨੀ ਸੀ ਐਸਸੀ ਕਾਸਟ ਦਾ ਤੇ ਤੂੰ ਉਹਨੂੰ ਦੇਸੀ ਟੱਟੂ ਕਿਹਾ ਸੀ ਤੇਰੀ ਆਪ ਦੀ ਸੋਚ ਕਲੇਨੇ ਨਾਲੋਂ ਜ਼ਿਆਦਾ ਭੈੜੀ ਆ ਤੂੰ ਦੂਜਿਆਂ ਨੂੰ ਕਲੇਨੇ ਦੱਸਦਾ ਕਿਹੜੀਆਂ ਗੱਲਾਂ ਕਰਦਾ ਨਾਲੇ ਉੱਥੇ ਬੋਲ ਕੀ ਰਹੇ ਆ ਤੁਸੀਂ ਮੈਂ ਤੁਹਾਨੂੰ ਇੱਕ ਇੱਕ ਗੱਲ ਦਾ ਜਵਾਬ ਦਿੰਨਾ ਫਿਰ ਤੁਸੀਂ ਗੱਲ ਕਰ ਰਹੇ ਆ ਕਿ ਕਲੈਣਾ ਸਾਬਤ ਹੋਇਆ ਕਿ ਜਿਹੜੇ ਅੱਜ ਧਿਆਪਕਾਂ ਦੇ लाठी चार्ज ਹੋ ਰਹੇ ਆ ਆਪਣੇ ਕਲੈਣੇ ਦੀਆਂ ਖਾਨਾ ਉਹ ਆਪਣੇ ਰੇਤੇ ਦੀ ਖੱਡ ਮੈਂ ਤੁਹਾਨੂੰ ਪੁੱਛਦਾ ਆਪਣਾ ਜਿਹੜਾ ਇੱਕ ਤਾਂ ਤੁਸੀਂ ਕਹੇ ਦੇਸੀ ਟੱਟੂ ਪ੍ਰਤਾਪ ਬਾਜਵੇਂ ਕੋੜਿਆ ਮੈਨੂੰ ਤੁਸੀਂ ਦੱਸੋ ਕੋੜਾ ਜੀ ਕਿ ਤੁਹਾਡੇ ਵਾਰੀ ਉਹਨਾਂ ਤੇ लाठी चार्ज ਨਹੀਂ ਹੋਏ ਜਾਂ ਤੁਹਾਡੇ ਵੇਲੇ ਆ ਕਿਸਾਨਾਂ ਤੇ लाठी चार्ज ਨਹੀਂ ਹੋਏ ਜਾ ਤੁਹਾਡੇ ਵਾਰੀ ਮਜ਼ਦੂਰਾਂ ਤੇ लाठी ਚਾਰਜ ਨਹੀਂ ਹੋਏ ਦੂਜਿਆਂ ਨੂੰ ਕਲੇਨੇ ਦੱਸਣ ਤੋਂ ਪਹਿਲਾਂ ਘੋੜਾ ਜੀ ਪਹਿਲਾਂ ਆਪ ਦੇ ਵੱਲ ਝਾਤੀ ਮਾਰੋ ਜੇ ਤੁਸੀਂ ਸਾਨੂੰ ਦੇਸੀ ਟੱਟੂ ਕਹਿ ਸਕਦੇ 80 ਲੋਕਾਂ ਨੂੰ ਤੇ ਅਸੀਂ ਤਾਂ ਤੁਹਾਨੂੰ ਘੋੜਾ ਸ਼ਬਦ ਕਹਿ ਕੇ ਫਿਰ ਵੀ ਕੋਈ ਤਗੜੇ ਸਾਬਤ ਕਰੀ ਜਾਂਦੇ ਵੀ ਤੂੰ ਘੋੜਾ ਇੱਕ ਹੁਣ ਮੈਂ ਇੱਥੇ ਮੇਨ ਗੱਲ ਇਹ ਕਰ ਲੱਗਿਆ ਜੇ ਤੁਸੀਂ ਵਾਕਈ ਅੱਜ ਪੰਜਾਬ ਦੇ ਹਮਦਰਦੀ ਬਣਿਆ ਤੁਸੀਂ ਕੋਈ ਪੰਜਾਬ ਦੇ ਹਮਦਰਦੀ ਨਹੀਂ ਤੁਸੀਂ ਕੁਰਸੀ ਦੇ ਹਮਦਰਦੀ ਆ ਪ੍ਰਤਾਪ ਬਾਜਬਾ ਜੀ ਪੰਜਾਬ ਦੀ ਗੱਲ ਦੂਰ ਦੀ ਰਹਗੀ ਤੁਹਾਡੇ ਹਲਕੇ ਦੇ ਵਾਸਤੇ ਤੁਸੀਂ ਜਦੋਂ ਵਿਧਾਨ ਸਭਾ ਦੇ ਵਿੱਚ ਬੋਲਦੇ ਆ ਕੁਛ ਮੰਗਿਆ ਕੁਛ ਵੀ ਮੰਗਿਆ ਵੇ ਸਵਾਏ ਤੁਸੀਂ ਝਾੜੂ ਵਾਲਿਆਂ ਦੇ ਵਿੱਚ ਨੁਕਸਾਨ ਕੱਢਣ ਵਾਸਤੇ ਨੁਕਸਾਨ ਤੁਹਾਡੇ ਤੇ ਕਿਸੇ ਟਾਈਮ ਤੇ ਝਾੜੂ ਵਾਲੇ ਕੱਢਦੇ ਰਹੇ ਆ ਅੱਜ ਤੂੰ ਅੱਜ ਤੁਸੀਂ ਉਹਨਾਂ ਦਾ ਨੁਕਸਾਨ ਕੱਢਦੇ ਵੀ ਆ ਭਾਈ ਨੁਕਸਾਨ ਮੈਂ ਕਹਿ ਰਿਹਾ ਜੇ ਮਤਲਬ ਕਮੀਆਂ ਕੱਢ ਰਹੇ ਆ ਤੁਸੀਂ ਹੁਣ ਜੜੀਆਂ ਤੁਸੀਂ ਕਮੀਆਂ ਕੱਢ ਰਹੇ ਆ ਕਿ ਉਹਨਾਂ ਕਮੀਆਂ ਦੇ ਨਾਲ ਪੰਜਾਬ ਦਾ ਕੋਈ ਸਬਰ ਨਾ ਕੁਛ ਨਹੀਂ ਸਬਰ ਨਾ ਬਾਜਵਾ ਜੀ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਚੰਗੇ ਹੁੰਦੇ ਆਪਦੇ ਹੱਕੇ ਵਾਸਤੇ ਮੰਗਦੇ ਸਿਹਤ ਸਿੱਖਿਆ ਰੁਜ਼ਗਾਰ ਰਾਜਾ ਵੜੰਗ ਖੜਾ ਹੁੰਦਾ ਉੱਥੋਂ ਵਿਧਾਨ ਸਭਾ ਦੇ ਵਿੱਚ ਕਿ ਸਪੀਕਰ ਸਾਹਿਬ ਮੈਂ ਰਾਜਾ ਵੜੰਗ ਗਿੱਦੜਵਾ ਮੇਰਾ ਹਲਕਾ ਉੱਥੋਂ ਦੇ ਲੋਕਾਂस्ते ਚੰਗੇ ਹਸਪੀਟਲ ਤੇ ਕੋਈ ਪ੍ਰਾਈਵੇਟ ਮੈਨੂੰ ਚੰਗੀਆਂ ਫੈਕਟਰੀਆਂ ਦਿਓ ਜਿਹਦੇ ਨਾਲ ਮੈਂ ਆਲਤੇ ਜਿਹੜੇ ਗਰੀਬ ਲੋਕ ਬੈਠੇ ਆ ਮੇਰੇ ਹਲਕੇ ਦੇ ਵਿੱਚ ਮੈਂ ਉਹਨਾਂ ਨੂੰ ਰੋਜ਼ਗਾਰ ਦੇ ਸਕਾਂ ਤੇ ਜਿਹੜੇ ਮੇਰੇ ਹਲਕੇ ਦੇ ਵਿੱਚੋਂ ਦਿੱਲੀ ਕੋਈ ਨਾ ਕੋਈ ਐਨ ਆਰ ਆਈ ਬਣ ਰਹੇ ਆ ਉਹ ਐਨ ਆਰ ਆਈ ਨਾ ਬਣ ਕੋਈ ਵੀਜ਼ਾ ਨਾ ਲਵਾਵੇ ਬਰਲੀ ਕੰਟਰੀ ਦਾ ਵੀਜ਼ਾ ਘੁੰਮਣ ਫਿਰਨ ਵਾਸਤੇ ਲਵਾਵੇ ਕੋਈ ਰੋਟੀ ਵਾਸਤੇ ਨਾ ਲਵਾਵੇ ਕੋ ਕੋਈ 117 ਐਮਲਿਆਂ ਤੋਂ ਕੋਈ ਕਦੇ ਉੱਠ ਕੇ ਬੋਲਦਾ ਹੀ ਨਹੀਂ ਤੁਸੀਂ ਗੱਲਾਂ ਕਰਦੇ ਆ ਫਿਰ ਮੈਂ ਪ੍ਰਤਾਪ ਬਾਜਵਾ ਜੀ ਤੁਹਾਨੂੰ ਕਹਿਣਾ ਕਿ ਤੁਸੀਂ ਲੋਕ ਆ ਜਿਹੜੇ ਤੁਸੀਂ ਆ ਕੁਰਸੀ ਦੇ ਕੁਰਸੀ ਤੋਂ ਸਵਾਏ ਕੁਝ ਵੀ ਨਹੀਂ ਤੇ ਤੁਹਾਡੇ ਮਾਲਕਾ ਗਾਂਧੀ ਪਰਿਵਾਰ ਗਾਂਧੀ ਪਰਿਵਾਰ ਤੋਂ ਉੱਤੇ ਕੋਈ ਵੀ ਨਹੀਂ ਜੇ ਗਾਂਧੀ ਪਰਿਵਾਰ ਕੈਪਟਨ ਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਈ ਬੈਠੀ ਸੀ ਸਾਡੇ 4 ਸਾਲ ਓ ਲਾਰੇ ਲੋਕੀ ਪੁੱਛਦੇ ਰਹੇ ਜਿਹੜੇ ਤੁਸੀਂ ਲਾਏ ਸੀ ਪਰ ਤੁਸੀਂ ਉਦੋਂ ਕੈਪਟਨ ਮਰਿੰਦਰ ਸਿੰਘ ਨੂੰ ਥੱਲੇ ਕਿਉਂ ਨਹੀਂ ਲਾਇਆ ਜਦੋਂ ਬਹੁਮਤ ਐਮਐਲਏ ਦੇ ਕੋਲ ਹੁੰਦਾ ਤੁਸੀਂ ਸਾਰੇ ਐਮਐਲਏ ਇਕੱਠੇ ਹੋ ਕੇ ਗਾਂਧੀ ਕੋਲ ਕਿਉਂ ਨਹੀਂ ਗਏ rahul gandhi ਕੋਲ ਉਹਨੂੰ ਕਹਿੰਦੇ ਕਿ rahul gandhi ji ਨਹੀਂ ਸਾਡੇ ਮਤ ਅਸੀਂ ਕੱਲ ਨੂੰ ਪਿੰਡਾਂ 'ਚ ਨਹੀਂ ਵੜ ਸਕਦੇ ਵੀ ਕੈਪਟਨ ਨੇ ਆਹ ਹਾਲ ਕਰਤੇ ਆ ਜਦੋਂ ਆਖੇ ਜਦੋਂ ਕਹਿੰਦੇ ਨਾ ਜਦੋਂ ਬੁढ़ा ਮਰ ਜਾਂਦਾ ਉਹਦੇ ਮੂੰਹ ਚ ਘਿਓ ਐ ਪਾ ਦਿੰਦੇ ਆ ਫੇ ਬੁढ़ा ਹੁਣ ਮਰ ਗਿਆ ਤੇ ਉਹਦੇ ਮੂੰਹ ਚ ਘਿਓ ਪਾ ਦੋ ਜਿਉਂਦਿਆਂ ਨੂੰ ਕੋਈ ਰੋਟੀ ਨਹੀਂ ਪੋਛਦਾ ਮਰੇ ਪਿਆ ਦੇ ਮੂੰਹ ਚ ਦੇਸੀ ਘਿਓ ਤੁੰਦੇ ਆ ਤਾਂ ਕਿ ਅੱਗ ਛੇਤੀ ਲੱਗ ਜੇ ਉਹ ਕੰਮ ਫੇ ਰਾਹੁਲ ਗਾਂਧੀ ਨੇ ਕੀਤਾ ਕਿ ਜਦੋਂ ਪੰਜਾਬ ਮਰ ਗਿਆ ਘਿਓ ਪਾਉਣ ਦੀ ਜਗ੍ਹਾ ਸੀ ਤੇ ਇਹਨੇ ਘਿਓ ਪਾਤਾ ਕਹਿੰਦਾ ਚਲੋ ਮੁੱਖ ਮੰਤਰੀ ਹੋਰ ਲਾਤਾ ਤੇ 3 ਮਹੀਨਿਆਂ ਤਜੋ ਕੰਮ ਕਰ ਸਕਦਾ ਸੀ ਉਹਨੇ ਕੀਤੇ ਜੇ ਮਰ ਰਜਿਸਟਰੀ ਵਾਲੇ ਜੇਕਰ ਗਰੀਬਾਂ ਕਰਾਂ ਦੀ ਰਜਿਸਟਰੀ ਹੋ ਜਾਂਦੀ ਤਾਂ ਮੈਂ ਗਰੰਟੀ ਦੇ ਨਾਲ ਕਹਿਣਾ ਕਿ ਉਹ ਰਜਿਸਟਰੀ ਗਰੀਬ ਲੋਕਾਂ ਦੀ ਹੋ ਜਾਂਦੀ ਮਕਾਨਾਂ ਦੀ ਤਾਂ ਗਰੀਬ ਲੋਕ ਬੈਂਕਾਂ ਚੋਂ ਲੋਨ ਚੱਕ ਕੇ ਆਪਦਾ ਘਰ ਬਾਰ ਪਾ ਲਿਆ ਕਰਦੇ ਥੋੜੀ ਮਿਹਨਤ ਨਹੀਂ ਕਰਨੀ ਸੀ ਜੇਕਰ ਉਹ ਰਜਿਸਟਰੀ ਹੋ ਜਾਂਦੀ ਕਈਆਂ ਦੇ ਆਪਾ ਵੇਖਿਆ ਕੋਈ ਪਰਚਿਆਂ ਚ ਫਸ ਗਿਆ ਕੋਈ ਸੱਚਾ ਕੋਈ ਝੂਠਾ ਤੇ ਉਹਨੂੰ ਜ਼ਮਾਨਤਾਂ ਵਾਸਤੇ ਲੋਕਾਂ ਦੀਆਂ ਮੰਨਤਾ ਕਰਮੀਆਂ ਪੈਂਦੀਆਂ ਉਹ ਆਪਦੇ ਘਰ ਦੀ ਜਮਾ ਆਪਦੇ ਘਰ ਦੀ ਰਜਿਸਟਰੀ ਲਾ ਕੇ ਆਪਦੇ ਬਤ ਦੇ ਵਿੱਚੋਂ ਜਾ ਕੇ ਛੁੱਟੀ ਵੀ ਲੈ ਸਕਦਾ ਸੀ ਤੇ ਜਾ ਕੇ ਜਮਾਨਤ ਵੀ ਲੈ ਆਉਂਦਾ ਪਰ ਨਹੀਂ ਤੁਸੀਂ ਭਾਈ ਸਾਹਿਬ ਹੁਣ ਗੱਲਾਂ ਨੇ ਆ ਜੋ ਮਰਜ਼ੀ ਕਰੀ ਜਾਓ ਜਾਂ ਤਾਂ ਵੱਡੋ ਗੁਰਦੁਆਰੇ ਦੇ ਵਿੱਚ ਸੌ ਚੱਕੋ ਪਰ ਕੈਪਟਨ ਨੇ ਤਾਂ ਉਹ ਵੀ ਕੰਮ ਗਲਤ ਕਰਤਾ ਉਹਨੇ ਗੁਟਕਾ ਸਹਿਰ ਦੀ ਸੌ ਖਾ ਕੇ ਉਹ ਵੀ ਲੋਕਾਂ ਦਾ ਵਿਸ਼ਵਾਸ ਚੱਕਤਾ ਇਹ ਤੁਸੀਂ ਭਾਈ ਸਾਹਿਬ ਕੁਰਸੀ ਦੇ ਆ ਤੇ ਤੁਹਾਡਾ ਮਾਲਕਾ ਗਾਂਧੀ ਜਿੱਦੇ ਤੁਸੀਂ ਗਾਂਧੀ ਨੂੰ ਕਹਤਾ ਕਿ ਹਾਂ ਭਾਈ ਸਾਨੂੰ ਆ ਮੁੱਖ ਮੰਤਰੀ ਚਾਹੀਦਾ ਤੁਸੀਂ ਖੁਦ ਜਾਤ ਪਾਤਾਂ ਤੁਹਾਡੇ ਮਨ ਦੇ ਵਿੱਚ ਵਸੀਆਂ ਹੋਈਆਂ ਤੁਸੀਂ ਪੰਜਾਬ ਦਾ ਭਲਾ ਕਰ ਦੋਗੇ ਫ੍ਰੀ ਬਿਜਲੀਆਂ ਦੇ ਕੇ ਲੋਕਾਂ ਨੂੰ ਫੋਨ ਦੇ ਕੇ ਇਹ ਲੋਕਾਂ ਨੂੰ ਲਾਲਚ ਦੇ ਕੇ ਪੰਜਾਬ ਦੇ ਭਲੇ ਨਹੀਂ ਹੋਣੇ ਬਾਜਵਾ ਜੀ ਭਲੇ ਹੋਣਗੇ ਲੋਕਾਂ ਤੋਂ ਪੈਸੇ ਲੈ ਕੇ ਪੰਜਾਬ ਦੇ ਆ ਬਿਜਲੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪ੍ਰਾਈਵੇਟ ਹੁੰਦੀ ਵਿਖਾਉਂਗਾ ਕਿਉਂਕਿ ਜਦੋਂ ਚਲਦੀ ਰਹੀ ਫ੍ਰੀ 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 ਚਲਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖੂਹ ਦੇ ਵਿੱਚ ਪਾਣੀ ਹੋਵੇ ਤੇ ਬਾਲਟੀ ਬਾਲਟੀ ਕਰਕੇ ਕੱਢਿਆ ਜਾ ਰਿਹਾ ਹੋਵੇ ਪਾਣੀ ਉਹ ਚੁੱਪਿਆ ਨਾ ਜਾ ਰਿਹਾ ਹੋਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਖੂਹ ਖਾਲੀ ਹੋ ਜਾਂਦਾ ਇਹ ਤਾਂ ਫਿਰ ਬਿਜਮੀ ਬਿਜਲੀ ਮਹਿਕਮਾ ਤਾਂ ਫਿਰ ਲੱਗਣਗੇ ਚਿਪਾਂ ਵਾਲੇ ਮੀਟਰ ਯਾਦ ਰੱਖਿਆ ਜੇ ਤੇ ਉਹਦਾ ਤੁਹਾਡੇ ਵਰਗੇ ਵੀ ਮੈਂ ਫਿਰ ਤੋਂ ਕਹਿ ਦਿੰਦਾ ਬਾਜਵਾ ਸਾਹਿਬ ਤੁਸੀਂ ਆ ਕੜਛੀਆਂ ਅਸੀਂ ਆ ਪਤਿਲੀਆਂ ਪੰਜਾਬ ਇੱਕ ਉਹ ਪਤਲੀ ਆ ਜਿਹਦੇ ਵਿੱਚ ਖਾਣ ਪੀਣ ਨੂੰ ਬਹੁਤ ਪਦਾਰਥ ਪਿਆ ਤੇ ਕੜਛੀ ਤੁਹਾਨੂੰ ਬਣਾਇਆ ਜਾਂਦਾ ਕਿ ਚੱਲ ਬਾਜਵਾ ਇੱਥੋਂ ਦੇ ਹਲਕੇ ਦਾ ਪ੍ਰਧਾਨ ਲੱਗ ਕੜਛੀ ਮੈਂ ਆਪਦੇ ਆਪ ਨੂੰ ਵੀ ਕਹਿੰਦਾ ਕੜਛੀ ਆ ਆਪਾਂ ਜੇ ਆਪਾਂ ਕਿਸੇ ਦੇ ਅੰਦਰ ਚੱਲਾਂਗੇ ਹੁਣ ਉਹ ਕੜਛੀ ਪਤਲੀ ਚ ਪਈ ਕੱਢਿਆ ਪੰਜਾਬ ਚੋਂ ਰੇਤਾ ਬਾਹਰ ਮਾਰਿਆ ਫਿਰ ਪਤੀਲੇ ਚ ਕੜਛੀ ਪਈ ਫਿਰ ਕੁਛ ਨਾ ਕੁਛ ਕੱਢ ਕੇ ਬਾਹਰ ਮਾਰਿਆ ਐਂਡ ਤੇ ਪਤੀਲੀ ਖਾਲੀ ਹੋ ਗਈ ਤੇ ਜਿਹੜੀ ਜਿੱਥੇ ਜਾ ਕੇ ਖਾਲੀ ਪਤੀਲੀ ਪੈਣੀ ਆ ਉਥੇ ਨਾਲ ਜਾ ਕੇ ਕੜਛੀ ਪੈਣੀ ਹੈ ਘਰ ਤੁਹਾਡੇ ਉਦਾਹਰਨ ਤੁਹਾਡੇ ਘਰਾਂ ਦੇ ਵਿੱਚ ਪਈ ਆ ਜਦੋਂ ਪਤੀਲੀ ਖਾਲੀ ਹੋ ਜੇ ਉਹਦੇ ਵਿੱਚੋਂ ਸਬਜੀ ਤਾਂ ਕੜਛੀ ਆ ਪੋਥੀ ਰੱਖ ਦਿੰਨੇ ਆ ਜਿੱਥੇ ਪਤੀਲੀ ਮੰਝ ਨਹੀਂ ਹੋਵੇ ਤੇ ਚਮਚਾ ਨਾ ਭੁੱਲੇ ਕਿ ਬਾਟੀ ਖਾਲੀ ਕਰਕੇ ਉਹ ਕਿਤੇ ਚੰਗਾ ਰਹਿ ਜਾਊਗਾ ਤਾਂ ਮੈਂ ਇਹ ਵੀ ਕਹਿਣਾ ਚਮਚਾ ਵੀ ਉੱਥੇ ਜਾ ਕੇ ਪੈਂਦਾ ਜਿੱਥੇ ਬਾਟੀ ਪਈ ਹੁੰਦੀ ਮੰਜ ਨਾਸਤੇ ਚਮਚੇ ਵੀ ਪਿੰਡਾਂ ਚ ਕਟਸ਼ੀਆਂ ਦਾ ਰੂਪ ਤੁਸੀਂ ਲੈ ਲੈਨੇ ਆ ਪਤਿੱਲੀ ਦਾ ਰੂਪ ਸਾਡਾ ਸਾਨੂੰ ਤਾਂ ਮੰਜਣਾ ਹੀ ਮੰਜਣਾ ਮੰਜਣਗੇ ਤੁਹਾਨੂੰ ਵੀ ਟਕਾ ਕੇ ਯਾਦ ਰੱਖਿਆ ਜੇ ਗੱਲ ਤੁਸੀਂ ਪੰਜਾਬ ਦਾ ਭਲਾ ਕਰਨਾ ਤਾਂ ਪਹਿਲਾਂ ਆਪਸੋ ਵਿੱਚ ਏਕਾ ਕਰੋ ਸਿਹਤ ਸਿੱਖਿਆ ਰੁਜ਼ਗਾਰ ਤੇ ਰੌਲਾ ਪਾਓ ਕੀ ਜਿਹੜਾ ਸੁਖਜਿੰਦਰ ਸਿੰਘ ਰੰਦਾਵਾ ਤਾਲਾ ਲਾ 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 ਕਰੀ ਜਾਂਦਾ ਉੱਥੇ ਜਦੋਂ ਇਹਦੇ ਹੱਥਾਂ 'ਚ ਪਾਵਰ ਆਈ ਆ ਤਾਂ ਐਡਵੋਕੇਟ ਜਰਨਲ ਕਹਿੰਦੇ ਦਾ ਰਿਸ਼ਤੇਦਾਰ ਬਣਿਆ ਸੀ ਫਿਰ ਕੇਵ ਜੀਆਂ ਗੱਲਾਂ ਕਰਦੇ ਤੁਸੀਂ ਪਹਿਲ ਤੁਸੀਂ ਆਪਦਿਆਂ ਨੂੰ ਦਿੰਨੇ ਆ ਜਦੋਂ ਤਾਂ ਤੁਹਾਡੇ ਕੋਲ ਪਾਵਰਾਂ ਹੋਣ ਉਦੋਂ ਤਾਂ ਤੁਹਾਡੇ ਵਰਗਾ ਰਾਜਾ ਕੋਈ ਨਹੀਂ ਮਹਾਰਾਜਾ ਕੋਈ ਨਹੀਂ ਜਿੱਦੇ ਤੁਹਾਡੇ ਹੱਥਾਂ 'ਚ ਪਾਵਰਾਂ ਨਾ ਹੋਣ ਤੇ ਤੁਹਾਡੇ ਵਰਗਾ ਪਖਾਰੀ ਕੋਈ ਨਹੀਂ ਹੁਣ ਮੰਗਦੇ ਫਿਰਦੇ ਆ ਲੋਕਾਂ ਕੋਲੋਂ ਆ ਝਾੜੂ ਵਾਲੇ ਅਸੀਂ ਲਿਆਂਦੇ ਆ ਤੁਸੀਂ ਲਿਆਂਦੇ ਆ ਕਿਉਂ ਨਹੀਂ ਉਹਦਾ ਪੰਜਾਬ ਦਾ ਭਲਾ ਕੀਤਾ ਤੁਸੀਂ ਆਖਿਆ ਦਿਓ ਫ੍ਰੀ ਲੋਕਾਂ ਨੂੰ ਦੇ ਦਿਓ ਆਟਾ ਰੱਖਣ ਦਾਲ ਦੇ ਦਿਓ ਇਹ ਅਸੀਂ ਤੇ ਜੋ ਮਾਰ ਦੋ ਜਿਹੜੇ ਜਰਨਲ ਆ ਜਿਹੜਾ ਕਿਸਾਨ ਆ ਉਹਨੂੰ ਦਿਓ ਤੁਸੀਂ ਫਸਲਾਂ ਦੇ ਰੇਟ ਫ੍ਰੀ ਬਿਜਲੀ ਕਹਿ ਦੋ ਜਿਹੜੀ ਮੋਟਰਾਂ ਦੀ ਆ ਆਪੇ ਮੁਆਵਜ਼ੇ ਜਿਹੜੇ ਉਹ ਜਿਹੜਾ ਕਹ ਲੋ ਫਸਲ ਦਾ ਰੇਟ ਨਾ ਦਿਓ ਕਰਜ਼ੇ ਦਿਓ ਇਹਨਾਂ ਨੂੰ ਕਰਜ਼ੇ 'ਚ ਉਹ ਮਾਰਤੇ ਮੈਂ ਫਿਰ ਤੋਂ ਕਹਿਣਾ ਜੇ ਪਤੀਲੀ ਮੰਨ ਜੂਗੀ ਤਾਂ ਕੱਚੀ ਸਾਡੇ ਨਾਲ ਹੀ ਆਉਣੀ ਆ ਤਾਨੂੰ ਫੇਰ ਤੋਂ ਕਹਿਣਾ ਮੈਂ ਸਾਰੀਆਂ ਕੜਛੀਆਂ ਨੂੰ ਕਹਿਣਾ ਭਾਵੇਂ ਮੇਰੀ ਗੱਲ ਤੁਸੀਂ ਮਜ਼ਾਕ ਚ ਲੈ ਲਓ ਜੇ ਭਾਵੇਂ ਪੰਜਾਬ ਦੇ ਲੋਕ ਮਜ਼ਾਕ ਚ ਲੈ ਲਣ ਪਰ ਇਹ ਗੱਲ ਯਾਦ ਰੱਖ ਲਓ ਪੰਜਾਬ ਦਾ ਬੇੜਾ ਗਰਕ ਕਰਨ ਦੇ ਵਿੱਚ ਸਾਡਾ ਤੇ ਤੁਹਾਡਾ ਮਤਲਬ ਸਾਡਾ ਸੀ ਜਨਤਾ ਤੇ ਤੁਹਾਡਾ ਬਰਾਬਰ ਦਾ ਹੱਕ ਆ ਪੰਜਾਬ ਦਾ ਸੱਤਿਆ ਨਾਸ ਕਰਕੇ ਰੱਖੋਗੇ ਜੇ ਨਾ ਕੀਤਾ ਤਾਂ ਮੈਨੂੰ ਫੜ ਲਓ ਜੇ ਯਾਦ ਰੱਖ ਲਓ ਜੇ ਗੱਲ ਪੰਜਾਬ ਦਾ ਨੌਜਵਾਨ ਚੱਲ ਸੱਤ ਸਮੁੰਦਰੋਂ ਪਾਰ ਪੰਜਾਬ ਦਾ ਨੌਜਵਾਨ ਚੱਲੋ ਜਿੱਥੇ ਉਹ ਬੰਦਾ ਸਾੜ ਦੇ ਚੱਲ ਉੱਥੇ ਪੰਜਾਬ ਦਾ ਨੌਜਵਾਨ ਚੱਲ ਪਰਚਿਆਂ 'ਚ ਇਹ ਕੀਤਾ ਕਿਨੇ ਆ ਜਦੋਂ ਮੈਂ ਫਿਰ ਤੋਂ ਕਹਿੰਨਾ ਜਦੋਂ ਦਾ ਤੁਹਾਡੇ ਕੋਲ ਕੁਰਸੀਆਂ ਹੁਣ ਪਾਵਰਾ ਹੋਣ ਤਾਂ ਤੁਹਾਡੇ ਵਰਗਾ ਰਾਜਾ ਕੋਈ ਨਹੀਂ ਜੇ ਨਾ ਹੋਵੇ ਤਾਂ ਤੁਹਾਡੇ ਵਰਗਾ ਪਖਾਰੀ ਕੋਈ ਨਹੀਂ ਅੱਜ ਵੀ ਰੌਲਾ ਪਾਓ ਬਾਜਵਾ ਸਾਹਿਬ ਸਿਹਤ ਸਿੱਖਿਆ ਰੋਜ਼ਗਾਰ ਦਾ ਚਾਹੇ ਉਹ ਐਸਸੀ ਆ ਚਾਹੇ ਉਹ ਬੀਸੀ ਆ ਚਾਇਓ ਜਰਨਲ ਆ ਜਰਨਲ ਨੂੰ ਜਰਨਲ ਦੇ ਐਸਸੀ ਨੂੰ ਐਸਸੀ ਦੇ ਤੇ ਬੀਸੀ ਨੂੰ ਬੀਸੀ ਦੇ ਹੱਕ ਮਿਲਨੇ ਚਾਹੀਦੇ ਆ ਤਾਂ ਆਉਣ ਵਾਲੇ 12 13 ਸਾਲਾਂ ਦੇ ਵਿੱਚ ਇਹੋ ਜੀ ਸਿੱਖਿਆ ਕਰਦੋ ਸਿੱਖਿਆ ਇਹੋ ਜੀ ਕਰੋ ਤਾਂ ਕਿ ਜਿਹੜੀ ਉਹ ਜਾਤ ਪਾਤ ਖਤਮ ਹੋ ਸਕੇ ਤੁਸੀਂ ਤਾਂ ਅੱਜ ਤੱਕ ਵੀ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਨਹੀਂ ਚੱਕਿਆ ਤੁਸੀਂ ਅੱਜ ਤੱਕ ਵੀ ਸਰਕਾਰੀ ਹਸਪੀਟਲਾਂ ਦਾ ਪੱਧਰ ਉੱਚਾ ਨਹੀਂ ਚੱਕਿਆ ਤੇ ਤੁਸੀਂ ਇਹਦਾ ਭਲਾ ਕਿੱਥੋਂ ਕਰਦੋਂਗੇ ਇਹ ਮੈਂ ਤੁਹਾਨੂੰ ਫਿਰ ਤੋਂ ਕਹਿ ਰਿਹਾ ਪੰਜਾਬ ਦਾ ਸੱਤਿਆਨਾਸ਼ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆਊਗਾ ਯਾਦ ਰੱਖੋ ਜੀ ਇਹ ਗੱਲ ਜਿੰਨਾ ਤੁਹਾਡਾ ਓਨਾ ਹੀ ਸਾਡਾ ਯੋਗਦਾਨ ਪੂਰਾ ਆਊਗਾ ਚਿੜੀਆਂ ਦਾ ਤਾਂ ਚਿੜੀ ਦਾ ਤਾਂ ਨਾ ਆਇਆ ਸੀ ਇਤਿਹਾਸਾਂ ਦੇ ਵਿੱਚ ਅੱਗ ਬੁਝਾਉਣ ਦੇ ਵਿੱਚ ਆਪਣਾ ਇਤਿਹਾਸ ਅਜ ਨਾਊਗਾ ਵੀ ਇਹਨਾਂ ਨੇ ਕੰਜਰ ਦੇ ਨੇ ਚਿੜੀ ਵੀ ਸਾੜਤੀ ਸੋ ਵਿੱਚ ਇਹਨਾਂ ਨੇ ਯਾਦ ਰੱਖਿਆ ਜੀ ਗੱਲ ਚਿੜੀ ਵੀ ਨਹੀਂ ਬਚਣੀ ਕੋ ਚੁੰਝ ਭਰ ਕੇ ਜੰਗਲ ਚ ਪਾ ਦੂਗੀ ਕਿਉਂਕਿ ਇਸ ਜੰਗਲ ਦੇ ਵਿੱਚ ਸਾਡੇ ਬੱਚੇ ਸਾਡੇ ਰਿਸ਼ਤੇਦਾਰ ਤਬਾਹ ਹੋ ਗਏ ਆ ਤਬਾਹ ਹੋਈ ਜਾਂਦੇ ਆ ਤੁਸੀਂ ਕਰਨ ਵਾਲੇ ਆ ਤੁਸੀਂ ਬਚਾਉਣ ਵਾਲੇ ਆ ਤੁਹਾਨੂੰ ਹਰ ਕੋਈ ਕਿਵੇਂ ਨਾ ਕਿਵੇਂ ਕਰਕੇ ਬਿਜ਼ਨਸਮੈਨ ਇਸਤੇਮਾਲ ਕਰਦਾ ਕੀ ਕਾਂਗਰਸ ਜਦੋਂ ਆ ਗਈ ਸ਼ਰਾਬ ਜੇ ਇਹ ਲਿਮਟ ਬਣਾਉਗੀ ਕਿ ਹਾਂ ਪਾਈ ਹਰ ਵਿਅਕਤੀ ਪੌਗੇ ਤੋਂ ਵੱਧ ਪੀ ਨਹੀਂ ਸਕਦਾ ਕਿ ਪੌਗਾ 20 ਰੁਪਿਆ ਦਾ ਹੋਊਗਾ ਕਰੋਗੇ ਨਹੀਂ ਕਰਨਾ ਕਿਉਂਕਿ ਤੁਹਾਡਾ ਪੈਸੇ ਵੱਲ ਧਿਆਨ ਲੋਕਾਂ ਵੱਲ ਧਿਆਨ ਨਹੀਂਗਾ ਕੀ ਤੁਸੀਂ ਕਾਨੂੰਨ ਬਣਾਉਂਗੇ ਕਿ ਪ੍ਰਾਈਵੇਟ ਸਕੂਲ ਬੰਦ ਹੋਣਗੇ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਡੀਜੀਪੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ ਚ ਪੜਨਗੇ ਗੱਲਾਂ ਕਰਦੇ ਆ ਤੁਸੀਂ ਬਾਹਰਲੇ ਦੇਛਾ ਲੀਆਂ ਤੇ ਦਿਮਾਗ ਤੁਸੀਂ ਵਰਤ ਗਏ ਜੰਗਲ ਅਰਗਾ ਫਿਰ ਉਹ ਕੰਮ ਨਹੀਂ ਹੋਣਾ ਇੱਥੇ ਤੁਸੀਂ ਸਿਰਫ ਤੇ ਸਿਰਫ ਤੁਹਾਡਾ ਕੁਰਸੀ ਵਾਲ ਧਿਆਨ ਲੋਕਾਂ ਵੱਲ ਧਿਆਨ ਨਹੀਂਗਾ ਤੇ ਲੋਕਾਂ ਦਾ ਧਿਆਨ ਫਰੀਦੀਆਂ ਚੀਜ਼ਾਂ ਵੱਲ ਪੰਜਾਬ ਵੱਲ ਨਹੀਂਗਾ ਇਸ ਕਰਕੇ ਭਾਈ ਤੁਸੀਂ ਵੀ ਗੁਨਾਹ ਦਾ ਗੁਨਾਹਦਾਰਾਂ ਅਸੀਂ ਵੀ ਗੁਨਾਹਦਾਰਾਂ ਕੋਈ ਇਹਨਾਂ ਵਿੱਚੋਂ ਕੱਟਣ ਪਾਉਣ ਨੂੰ ਕਿਸੇ ਵਿੱਚੋਂ ਕੋਸ਼ਾ ਨਹੀਂ ਪਹਿਲਾਂ ਲੋਕਾਂ ਨੂੰ ਫਰੀਦੀਆਂ ਸਹੂਲਤਾਂ ਲੈਣੀਆਂ ਬੰਦ ਕਰੋ ਜੇ ਪੰਜਾਬ ਜਾਂ ਦੇਸ਼ ਨੂੰ ਬਚਾਉਣਾ ਤਾਂ ਨਹੀਂ ਤਾਂ ਫਿਰ ਭਾਈ ਹੁਣ ਸੱਤਰਾਂ ਤੇ ਬੈਠਾਂਗੇ ਪੰਜਾਬ ਦੇ ਗੱਲ ਨੋਟ ਕਰ ਲਿਆ ਜੀ ਤੇ ਜੇਕਰ ਮੈਂ ਕਿਸੇ ਨੂੰ ਕੁਝ ਵਾਅਦਾ ਘਾਟਾ ਬੋਲ ਗਿਆ ਵਾਂ ਉਹਦੀ ਛਾਂ ਦੇ ਖਿਲਾਫ ਬੋਲਤਾ ਹੋਵੇ ਤਾਂ ਮੈਂ ਉਹਦੇ ਕੋਲ ਹੱਥ ਬੰਨ ਕੇ ਮਾਫੀ ਚਾਹਨਾ ਗੱਲ ਬਾਕੀ ਮੈਂ ਜੋ ਕੀਤੀ ਹੈ ਨਾ ਤਾਂ ਮੈਂ ਕਿਸੇ ਲੀਡਰ ਨੂੰ ਕਿਹਾ ਕਿ ਤੂੰ ਇਕੱਲਾ ਹੀ ਗਲਤਾਂ ਗਲਤ ਅਸੀਂ ਵੀ ਨਾਲ ਹੀ ਆ ਯਾਦ ਰੱਖ ਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਨੂੰ ਬਚਾਉਣ ਵਾਲੀ ਪੰਜਾਬ ਦੇ ਲੋਕੋ ਦੇਸ਼ ਨੂੰ ਬਚਾਉਣ ਵਾਲੀ ਦੇਸ਼ ਦੇ ਲੋਕੋ ਸਿਹਤ ਸਿੱਖਿਆ ਤੇ ਰੁਜ਼ਗਾਰ ਜੇ ਇਹ ਕਰ ਤੁਹਾਡੇ ਕੋਲ ਤਿੰਨ ਚੀਜ਼ਾਂ ਨਹੀਂ ਗਈਆਂ ਤਾਂ ਤੁਹਾਨੂੰ ਆ ਕੇ ਕੋਈ ਵੀ ਨਹੀਂ ਬਚਾ ਸਕਦਾ ਜੇ ਕਰੇ ਇਹ ਤੁਹਾਡੇ ਕੋਲ ਤਿੰਨੇ ਚੀਜ਼ਾਂ ਇਹ ਚਾਹੀਦੀਆਂ ਐਸ்சி ਬੀਸੀ ਜਰਨਲ ਚਾਹੇ ਕੋਈ ਹੋਵੇ ਸਿਹਤ ਸਿੱਖਿਆ ਰੁਜ਼ਗਾਰ ਤੁਹਾਡੇ ਕੋਲ ਹੈ ਕਾ ਤੁਹਾਨੂੰ ਮਾਰਨ ਵਾਲਾ ਕੋਈ ਵੀ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ